ਕਬੀਰ ਜੀ ਜੋ ਆਖਣ ਉਸਦੀ ਪ੍ਰੋੜਤਾ ਵਿੱਚ ਸਵੇਰੇ ਵੀ ਸਮਾਗਮ ਰਾਤ ਵਾਲਾ ਬਾਬਾ ਕਬੀਰ ਜੀ ਦਾ ਸਲੋਕ ਸੀ ਜਿਸਦਾ ਆਸ਼ਾ ਸੀ ਕਬੀਰ ਤਣ ਜਾਏਗਾ ਤਣ ਨੇ ਨਹੀਂ ਰਹਿਣਾ ਜਾਏਗਾ ਸਕੋ ਤਾਂ ਲਿਹੋ ਬਹੁਤ ਜੇ ਤੁਹਾਡੇ ਵਿੱਚ ਕੋਈ ਮੇਰੇ ਵਿੱਚ ਕੋਈ ਸ਼ਕਤੀ ਹੈ ਤੈਨੂੰ ਰੱਖ ਲੈ ਰੋਕ ਲੈ ਜਾਏਗਾ ਲੱਗੇ ਰੋਕਣ ਵਾਲੇ ਦੌਲਤਮੰਦ ਵੀ ਆਪਣੀ ਚਲਾਉਂਦੇ ਨੇ ਜਾਂ ਅਮੀਰ ਆਦਮੀ ਦੀ ਕੋਸ਼ਿਸ਼ ਹੁੰਦੀ ਹੈ ਮੇਰੀ ਮਰਜ਼ੀ ਚੱਲੇ ਜਾਂ ਸ਼ਕਤੀਸ਼ਾਲੀ ਬਲਵਾਨ ਆਦਮੀ ਦੀ ਕੋਸ਼ਿਸ਼ ਹੁੰਦੀ ਹੈ ਮੇਰੀ ਮਰਜ਼ੀ ਚੱਲੇ ਬਲਵਾਨ ਵੀ ਹਾਕਮ ਬਣਦਾ ਹੁਕਮ ਚਲਾਉਂਦਾ ਤੇ ਧਨਵਾਨ ਵੀ ਹਾਕਮ ਬਣਦਾ ਹੁਕਮ ਚਲਾਉਂਦਾ ਪਰ ਗੁਰੂ ਕਹਿੰਦੇ ਨੇ ਬਾਬਾ ਕਬੀਰ ਜੀ ਦਾ ਖਿਆਲ ਹੈ ਦੇਖ ਜਦੋਂ ਇਹ ਧਨ ਜਾਂਦਾ ਹੈ ਮਿਲਿਆ ਹਰ ਇੱਕ ਨੂੰ ਉਹ ਧਨਵਾਨ ਨੂੰ ਵੀ ਮਿਲਿਆ ਨਿਹਰਾ ਗਰੀਬ ਨੂੰ ਵੀ ਮਿਲਿਆ ਧਨਵਾਨ ਨੂੰ ਵੀ ਮਿਲਿਆ ਬਲਵਾਨ ਨੂੰ ਵੀ ਮਿਲਿਆ
ਕਹਿਣ ਲੱਗੇ ਅਜੀਬ ਗੱਲ ਹੈ, ਗਰੀਬ ਤਾਂ ਭਲਾ ਬੇਵੱਸ ਹੋ ਗਿਆ, ਨਾ ਉਹ ਖਰੀਦ ਸਕਦਾ ਨਾ ਉਹ ਬਰਵਾ ਨਾ ਰੋਕ ਸਕਦਾ, ਪਰ ਧਨਵਾਨ ਤੇ ਬਲਵਾਨ ਇਹ ਦੋਨੋਂ ਸ਼ਕਤੀਸ਼ਾਲੀ ਨੇ। ਧਨਵਾਨ ਕੋਲ ਧਨ ਦੀ ਸ਼ਕਤੀ ਹੈ, ਬਲਵਾਨ ਕੋਲ ਬਾਜ਼ੂ ਬਲ ਦੀ ਸ਼ਕਤੀ ਹੈ। ਤੇ ਦੋਨੋਂ ਹੀ ਨਹੀਂ ਚਾਹੁੰਦੇ ਧਨ ਚਲਾ ਜਾਏ, ਧਨਵਾਨ ਵੀ ਨਹੀਂ ਚਾਹੁੰਦਾ ਤੇ ਬਲਵਾਨ ਵੀ ਨਹੀਂ ਚਾਹੁੰਦਾ। ਪਰ ਕੀ ਧਨਵਾਨ ਜਾਂ ਬਲਵਾਨ ਇਸ ਜਾਂਦੇ ਹੋਏ ਤਨ ਨੂੰ ਰੋਕ ਸਕਦੇ? ਜਾਣਾ ਤਾਂ ਕਿਤੇ ਰਿਹਾ, ਬੁਢੇਪੇ ਨੂੰ ਹੀ ਨਹੀਂ ਰੋਕ ਸਕਦੇ। ਧਨਵਾਨ ਤੇ ਵੀ ਆਉਂਦਾ, ਬਲਵਾਨ ਤੇ ਵੀ ਆਉਂਦਾ। ਇਹੋ ਗੱਲ ਚੈਲੰਜ ਵਜੋਂ ਬਾਬਾ ਕਬੀਰ ਜੀ ਨੇ ਰਾਤ ਦੇ ਸਰੂਪ ਵਿੱਚ ਕਹਿਣ ਲੱਗੇ। ਕਿਉਂਕਿ ਤਨ ਨਾਲ ਰਾਤ ਦੇ ਇੱਕ ਲਫ਼ਜ਼ ਸਨ। ਹਾਲਾਂਕਿ ਸਾਰੇ ਸੰਸਾਰ ਦੀ ਖੂਬਸੂਰਤੀ ਤਨ ਕਰਕੇ, ਜਿੰਨੀਆਂ ਅਸੀਂ ਲੋੜਾਂ ਇਜਾਦ ਕਰ ਰਹੇ ਹਾਂ ਤਨ ਨਾਲ ਸੰਬੰਧਿਤ ਨੇ। ਪਰ ਕਿਹੜੀ ਅਜੀਬ ਗੱਲ ਹੈ, ਸੰਸਾਰ ਦੀ ਹੋਂਦ ਉਹਦੀ ਖੂਬਸੂਰਤੀ ਤਨ ਕਰਕੇ ਹੈ ਅਤੇ ਸੰਸਾਰ ਮ੍ਰਿਤ ਮੰਡਲ ਹੈ, ਇਹ ਤਨ ਜਾਏਗਾ। ਰਾਤ ਕਹਿਤੇ ਰੁਕੇ ਸਾਂ, ਉਹਦਾ ਸ਼ਬਦ ਹੈ ਅਤੇ ਹੈ ਗੁਰੂ ਅਰਜਨ ਪਾਤਸ਼ਾਹ ਜੀ ਦਾ ਸੁਖਮਨੀ ਸਾਹਿਬ ਵਿੱਚ, ਜੋ ਆਮ ਅਸੀਂ ਰੋਜ਼ਾਨਾ ਇਹ ਬਾਣੀ ਨਾਲ ਸੰਬੰਧਿਤ ਹੁੰਦੇ ਹਾਂ। ਗੁਰੂ ਕਹਿੰਦੇ ਨੇ ਕਿਹੜੀ ਅਜੀਬ ਗੱਲ ਹੈ, ਰੱਬ ਉਹ ਹੈ, ਪ੍ਰਭੂ ਉਹ ਹੈ ਜਿਹੜਾ ਜਾਂਦਾ ਨਹੀਂ, ਜਿਹੜਾ ਜਾਂਦਾ ਨਹੀਂ। ਆਪਾਂ ਰੋਜ਼ ਪੜ੍ਹਦੇ ਵੀ ਹਾਂ, ਨਾ ਉਹ ਮਰੇ ਨਾ ਹੋਵੇ ਸੋਤ, ਉਹ ਮਰਦਾ ਨਹੀਂ ਉਹ ਜਾਂਦਾ ਨਹੀਂ। ਕਿਹੜੀ ਅਜੀਬ ਗੱਲ ਹੈ, ਸੰਸਾਰ ਜਿਹੜਾ ਉਹ ਉਹ ਹੈ ਜਿਹਦੇ ਸੰਬੰਧ ਵਿੱਚ ਆਪ ਦਿੱਤਾ ਨੇ ਮ੍ਰਿਤ ਮੰਡਲ ਜਗ ਸਾਜਿਆ। ਇੱਕ ਪਾਸੇ ਸੰਸਾਰ ਅਨਾਥ ਦੇ ਖਿਆਲ ਨਾਲ ਮੈਂ ਇਸ ਲੜੀ ਨੂੰ ਜੋੜਨਾ ਚਾਹੁੰਦਾ, ਇੱਕ ਪਾਸੇ ਸੰਸਾਰ ਜਗ ਦੇ ਸੰਬੰਧ ਵਿੱਚ ਇਹ ਗੱਲ ਆਖੀ ਗਈ ਕਿ ਮ੍ਰਿਤ ਮੰਡਲ ਜਗ ਸਾਜਿਆ, ਇਹ ਮੌਤ ਦਾ ਘਰ ਬਣਾਇਆ ਹੈ, ਤੇ ਦੂਜੇ ਪਾਸੇ ਇਹ ਵੀ ਗੱਲ ਆਖ ਦਿੱਤੀ ਗਈ ਇਹ ਜਗ ਸੱਚੇ ਕੀ ਹੈ ਕੋਠੜੀ, ਹੈ ਰੱਬ ਮਰਦਾ ਨਹੀਂ ਸੰਸਾਰ ਮਰਦਾ ਹੈ, ਰੱਬ ਜਾਂਦਾ ਨਹੀਂ ਸੰਸਾਰ ਜਾਂਦਾ ਹੈ। ਤੇ ਫਿਰ ਇਹਦਾ ਮਤਲਬ ਰੱਬ ਆਪ ਵੀ ਮ੍ਰਿਤ ਮੰਡਲ ਵਿੱਚ ਰਹਿੰਦਾ, ਮੌਤ ਦੇ ਘਰ ਵਿੱਚ ਰਹਿੰਦਾ, ਰੱਬ ਬੁੱਢਾ ਵੀ ਨਹੀਂ ਹੁੰਦਾ, ਰੱਬ ਬੱਚਾ ਵੀ ਨਹੀਂ। ਸੰਸਾਰ ਦੀਆਂ ਜਿੰਨੀਆਂ ਚੀਜ਼ਾਂ ਨੇ ਉਹ ਜੰਮਦੀਆਂ ਨੇ, ਪੈਦਾ ਹੁੰਦੀਆਂ, ਉਹਨਾਂ ਦੀ ਪੈਦਾਇਸ਼ ਹੈ, ਭਾਵੇਂ ਬਿਰਛ ਬੂਟੇ ਨੇ, ਭਾਵੇਂ ਜੰਗਲਾਂ ਦੇ ਜਾਨਵਰ ਨੇ, ਭਾਵੇਂ ਮਨੁੱਖ ਨੇ, ਉਹ ਜੰਮਦੇ ਨੇ। ਤਾਂ ਖੇਤੀ ਬੀਜਦੇ ਹਨ, ਆਖਦੇ ਹਨ ਕਦੋਂ ਜੰਮੇਗੀ, ਭਾਵ ਆਰੰਭ ਹੋਵੇਗੀ। ਤੇ ਮਰਦੀ ਨੂੰ ਕੀ ਆਖਦੇ ਹਾਂ, ਬੁਢੇਪੇ ਨੂੰ ਕੀ ਅਸੀਂ ਕਹਿੰਦੇ ਹਾਂ, ਪੱਕ ਗਈ। ਗੁਰੂ ਨੇ ਜ਼ਿੰਦਗੀ ਨਾਲ ਵੀ ਇਸ ਲਫ਼ਜ਼ ਨੂੰ ਜੋੜਿਆ, ਹਰੀ ਨਹੇ ਨੈ ਡੱਡਰੀ ਪੱਕੀ ਵੱਡਣਹਾਰ,
ਜਦੋਂ ਬਚਪਨ ਹਰੀ ਡੱਡਰੀ ਜਵਾਨੀ ਪੱਕੀ ਬੁਢੇਪਾ ਹੁਣ ਵੋ ਵੱਢਣ ਹਾਰ ਹੋ ਗਈ ਕੋਈ ਪੱਕਦੀ ਤਾਂ ਵੱਢਦੀ ਆਖਿਰ ਲੈ ਲੈ ਦਾਤ ਪਹੁੰਚਿਆ ਪਹੁੰਚਿਆ ਲਾਵੇ ਕਰ ਤਿਆਰ ਜਿਹੜੇ ਵੱਢਣ ਵਾਲੇ ਲਾਵੇ ਸਨ ਵੱਢਣ ਵਾਲੇ ਉਹਨਾਂ ਦੇ ਹੱਥ ਵਿੱਚ ਦਾਤਰੀਆਂ ਸਨ ਲੈ ਲੈ ਦਾਤ ਪਹੁੰਚਿਆ ਉਹ ਹੱਥ ਵਿੱਚ ਦਾਤੀਆਂ ਲੈ ਕੇ ਆ ਗਏ ਹੁਣ ਖੇਤੀ ਪੱਕ ਗਈ ਇਹਨੂੰ ਵੱਢਣ ਪਰ ਕਿਹੜੀ ਅਜੀਬ ਗੱਲ ਹੈ ਕਹਿਣ ਲੱਗੇ ਇਸੇ ਤਰ੍ਹਾਂ ਬਾਲ ਜਵਾਨੀ ਔਰ ਬਿਰਧ ਫੁਣ ਮਨੁੱਖ ਦੇ ਜੀਵਨ ਦੀ ਅਮਿਤ ਅਵਸਥਾ ਨੇ ਬਾਲਪਨ ਹਰੀ ਜਵਾਨੀ ਡਿਡਰੀ ਪੱਕੀ ਵੱਢਣ ਹਾਰ ਬਿਰਧ ਫੁਣ ਹੁਣ ਬਿਰਧ ਫੁਣ ਤੋਂ ਬਾਅਦ ਤਾਂ ਫਿਰ ਵੱਢਣਾ ਹੀ ਹੈ ਹੋਰ ਤੇ ਕੁਝ ਨਹੀਂ ਤਾਂ ਜਾਇਆ ਜਾਏਗੀ ਕਹਿਣ ਲੱਗੇ ਇਹੋ ਗੱਲ ਤਨ ਨਾਲ ਸਰੀਰ ਨਾਲ ਦੁਨੀਆਂ ਇਸ ਸਿਰਫ ਮਨੁੱਖਾ ਸਰੀਰ ਨਾਲ ਨਹੀਂ ਇਹੋ ਗੱਲ ਜਿਹੜੀ ਹੈ ਕਿਸੇ ਵੀ ਜੀਵ ਨਾਲ ਜੋੜ ਕੇ ਵੇਖ ਲਓ ਕਿਵੇਂ ਸੰਬੰਧਿਤ ਬਾਲਪਨ ਜਵਾਨੀ ਤੇ ਬੁਢੇਪਾ ਹਰ ਇੱਕ ਤੇ ਆਉਂਦਾ ਇਵਨ ਬਿਰਛ ਬੂਟੇ ਵੀ ਜਿਹੜੇ ਨੇ ਬਚਪਨ ਜਵਾਨੀ ਤੇ ਬੁਢੇਪੇ ਵਿੱਚ ਆ ਜਾਂਦੇ ਨੇ ਪੁਰਾਣਾ ਬੂਟਾ ਹੋ ਗਿਆ ਹੁਣ ਉਹਨੂੰ ਫਲ ਲੱਗਣੇ ਘੱਟ ਗਏ ਨੇ ਉਹ ਤਾਕਤ ਪਹਿਲੇ ਵਾਲੀ ਬਲਵੰਤਾ ਪਹਿਲੇ ਵਾਲੀ ਨਹੀਂ ਹਰ ਇੱਕ ਚੀਜ਼ ਦੀ ਬਚਪਨ ਜਵਾਨੀ ਤੇ ਬੁਢੇਪਾ ਪਰ ਕਿਹੜੀ ਅਜੀਬ ਗੱਲ ਹੈ ਜੇ ਇਸ ਸੰਸਾਰ ਵਿੱਚ ਰੱਬ ਰਹਿੰਦਾ ਤੇ ਉਹਦੇ ਤਾਂ ਨਾ ਬਚਪਨ ਜਵਾਨੀ ਬੁਢੇਪਾ ਕੋਈ ਨਹੀਂ ਨਾ ਉਹ ਬੁੱਢਾ ਨਾ ਉਹ ਬਾਲਾ ਉਹਦੇ ਤੇ ਬੁਢੇਪਾ ਵੀ ਨਹੀਂ ਆਉਂਦਾ ਉਹਦੇ ਜੰਮਣ ਦੀ ਵੀ ਕੋਈ ਤਾਰੀਖ ਨਹੀਂ ਉਹ ਕਿਸੇ ਦੇ ਬੀਜ ਦਾ ਵੀ ਮੁਹਤਾਜ ਨਹੀਂ ਇਹਦੇ ਤੇ ਬੁਢੇਪਾ ਵੀ ਕੋਈ ਨਹੀਂ ਆਉਂਦਾ ਤੇ ਰਹਿੰਦਾ ਉਸ ਸੰਸਾਰ ਵਿੱਚ ਹੈ ਜਿਹੜਾ ਸੰਸਾਰ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਚੇਂਜ ਬਦਲੀ ਵਿੱਚ ਆਖਰ ਨੂੰ ਪੱਕੀ ਵੱਢਣ ਹਾਰ ਤੇ ਪਹੁੰਚ ਜਾਂਦਾ ਹੈ ਮ੍ਰਿਤ ਮੰਡਲ ਕਹਿਣ ਲੱਗੇ ਇਹ ਇੱਕ ਕੈਸੀ ਖੇਡ ਹੈ ਲਓ ਗੁਰੂ ਅਰਜਨ ਪਾਤਸ਼ਾਹ ਇੱਕ ਲਫ਼ਜ਼ ਇਸ ਨੂੰ ਖੇਡ ਦੇ ਰੂਪ ਵਿੱਚ ਲੈਂਦੇ ਨੇ ਕਹਿੰਦੇ ਸ਼ਬਦਾਵਲੀ ਗੁਰੂ ਨੇ ਬੜੀ ਸੋਚ ਸਮਝ ਕੇ ਵਰਤੀ ਬਣਾਇਆ ਇਹਦਾ ਮਤਲਬ ਖੇਲ ਹੋਰ ਹੈ ਬਣਾਉਣ ਵਾਲਾ ਹੋਰ ਹੈ ਜਿਹਨੇ ਖੇਡ ਬਣਾਈ ਇੱਕ ਹੋਰ ਖਿਆਲ ਕਰਿਓ ਖੇਡ ਜਿਹੜੀ ਹੈ ਉਹ ਕਿਸੇ ਦੇ ਹੁਕਮ ਵਿੱਚ ਹੁੰਦੀ ਬਣਾਉਣ ਵਾਲਾ ਉਹਨੂੰ ਕਿਵੇਂ ਬਣਾਉਂਦਾ ਹੈ ਪਰ ਬਣਾਉਣ ਵਾਲਾ ਖੇਡ ਦੇ ਹੁਕਮ ਵਿੱਚ ਨਹੀਂ ਹੁੰਦਾ ਉਹ ਤਾਂ ਖਿਲਾੜੀ ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ ਕਹਿੰਦਾ ਨਹੀਂ ਉਹ ਖਿਡਾਰੀ ਹੈ ਉਹ ਖੇਡ ਨਹੀਂ ਹੁਣ ਉਹਦਾ ਨਤੀਜਾ ਇਹ ਹੈ ਕਿ ਖਿਲਾੜੀ ਦੀ ਸੋਚ ਉਹਦੀ ਵਿਚਾਰਧਾਰਾ ਉਹ ਉਸ ਖੇਡ ਵਿੱਚ ਮੌਜੂਦ ਹੈ ਕਿਉਂਕਿ ਖੇਡ ਬਣੀ ਹੀ ਉਹਦੀ ਵਿਚਾਰਧਾਰਾ ਨਾਲ ਜਿਵੇਂ ਉਹਨੇ ਸੋਚਿਆ ਉਹਨੇ ਖੇਡ ਬਣਾਈ ਉਹਦੇ ਵਿੱਚ ਮੌਜੂਦ ਹੈ ਉਹਦੀ ਸੋਚ ਕਰਕੇ ਹੀ ਖੇਡ ਖੇਡੀ ਜਾ ਰਹੀ ਹੈ ਉਹਦੀ ਸੋਚ ਹੀ ਉਹਦੀ ਖੇਡ ਵਿੱਚੋਂ ਨਜ਼ਰ ਆ ਰਹੀ ਹੈ ਵੀ ਇਸ ਸੋਚ ਨਾਲ ਇਹਨੇ ਖੇਡ ਬਣਾਈ ਪਰ ਇੱਕ ਖਿਆਲ ਕਰਿਓ ਖਿਡਾਰੀ ਉਸ ਸੋਚ ਦੇ ਵਿੱਚ ਬੈਠਾ ਹੋਇਆ ਵੀ ਵੱਖਰਾ ਹੈ ਲੋ ਗੁਰੂ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਬੜੀ ਤਰਤੀਬ ਨਾਲ ਇਸ ਲਫ਼ਜ਼ ਨੂੰ ਸਿਰਜਿਆ ਕਹਿੰਦੇ ਨੇ ਸਰਬ ਭੂਤ ਸਾਰੇ ਜੀਵਾਂ ਵਿੱਚ ਸਾਰੇ ਬ੍ਰਹਿਮੰਡ ਵਿੱਚ
ਸਾਰੀ ਕਿਰਤਨ ਕਿਰਤ ਵਿੱਚ ਸਾਰੀ ਸਿਰਜਣਾ ਵਿੱਚ ਇਹ ਉਹਦੀ ਖੇਡ ਹੈ, ਇਸ ਲਈ ਉਹ ਆਪ ਵਿੱਚ ਬੈਠਾ ਹੈ। ਸੋਚ ਬਣ ਕੇ, ਸ਼ਕਤੀ ਬਣ ਕੇ, ਹੁਣ ਸੋਚ ਸ਼ਕਤੀ ਹਰ ਪਾਤਰ ਵਿੱਚ ਬੈਠੀ ਹੈ। ਮੈਂ ਸੁਭਾਵਿਕ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਮੈਦਾਨੀ ਜੰਗ ਵਿੱਚ ਇੱਕ ਦੇ ਹੱਥ ਵਿੱਚ ਤਲਵਾਰ ਹੈ, ਤਲਵਾਰ ਫੜਨ ਲਈ ਵੀ ਸ਼ਕਤੀ ਚਾਹੀਦੀ, ਇੱਕ ਦੇ ਹੱਥ ਵਿੱਚ ਤਲਵਾਰ ਹੈ, ਉਹ ਤਲਵਾਰ ਆਪਣੇ ਦੁਸ਼ਮਣ ਤੇ ਚੱਲ ਰਹੀ ਹੈ, ਦੂਜੇ ਨੂੰ ਕਤਲ ਕਰ ਰਹੀ ਹੈ, ਮਾਰ ਰਹੀ ਹੈ, ਖਤਮ ਕਰ ਰਹੀ ਹੈ, ਜ਼ਖਮੀ ਕਰ ਰਹੀ ਹੈ, ਤੇ ਦੂਜਾ ਮੋਢੇ ਤੇ ਮਸ਼ਕ ਪਾਣੀ ਦੀ ਲੈ ਕੇ ਉਹ ਵੀ ਉਸੇ ਮੈਦਾਨੀ ਜੰਗ ਵਿੱਚ ਹੈ। ਹੁਣ ਨਾ ਤੇ ਤਲਵਾਰ ਉਠਾਈ ਜਾ ਸਕਦੀ ਹੈ ਸ਼ਕਤੀ ਬਿਨਾ, ਨਾ ਮਸ਼ਕ ਉਠਾਈ ਜਾ ਸਕਦੀ ਹੈ ਸ਼ਕਤੀ ਬਿਨਾ। ਸ਼ਕਤੀ ਦੋਹਾਂ ਨੂੰ ਚਾਹੀਦੀ, ਤਲਵਾਰ ਵਾਲੇ ਨੂੰ ਵੀ ਚਾਹੀਦੀ, ਮਸ਼ਕ ਵਾਲੇ ਨੂੰ ਚਾਹੀਦੀ। ਪਰ ਕਿੱਡੀ ਅਜੀਬ ਗੱਲ ਹੈ, ਸ਼ਕਤੀ ਉਹਨੇ ਆਪ ਤੇ ਨਹੀਂ ਨਾ ਪੈਦਾ ਕੀਤੀ, ਉਹ ਕੋਈ ਜੀਵ ਅੰਦਰ ਬੈਠਾ ਹੈ। ਜਿਸਮ ਜਿਸ ਵੇਲੇ ਉਹ ਜੀਵ ਚਲਾ ਗਿਆ, ਨਾ ਮਸ਼ਕ ਵਾਲੇ ਕੋਲੋਂ ਮਸ਼ਕ ਉਠਾਈ ਜਾਣੀ ਹੈ, ਨਾ ਤਲਵਾਰ ਵਾਲੇ ਕੋਲੋਂ ਤਲਵਾਰ ਉਠਾਈ ਜਾਣੀ। ਕੋਈ ਜੀਵ ਸ਼ਕਤੀ ਬਣ ਕੇ ਅੰਦਰ ਬੈਠਾ ਹੈ, ਜਿਹੜਾ ਇੱਕ ਤੇ ਹੱਥ ਵਿੱਚ ਤਲਵਾਰ ਦੀ ਸ਼ਕਤੀ ਬਣ ਗਿਆ, ਦੂਜੇ ਦੇ ਮੁੱਢ ਤੇ ਮਸ਼ਕ ਦੀ ਸ਼ਕਤੀ ਬਣ ਗਿਆ, ਉਹ ਉਸ ਜ਼ਖਮੇ ਨੂੰ ਪਾਣੀ ਪਿਆ ਰਿਹਾ। ਤੇ ਸਾਡੇ ਇਤਿਹਾਸ ਦੀ ਗੱਲ ਹੈ, ਸ਼ਕਤੀ ਇੱਕੋ ਹੈ, ਜੀਵ ਇੱਕੋ ਹੈ, ਪਰ ਖਿਡਾਰੀ ਵੱਖ ਵੱਖ ਨੇ, ਖੇਡ ਵੱਖਰੀ ਵੱਖਰੀ, ਪਾਤਰ ਵੱਖ ਵੱਖ ਨੇ। ਇੱਕ ਮਸ਼ਕ ਉਠਾਈ ਬੈਠਾ ਹੈ, ਦੂਜਾ ਤਲਵਾਰ ਉਠਾਈ ਬੈਠਾ ਹੈ, ਪਾਤਰ ਵੱਖਰੇ ਹੋ ਬੈਠਾ, ਪਰ ਹਰ ਪਾਤਰ ਦੇ ਕੋਲੋਂ ਕੰਮ ਲੈਣ ਵਾਲਾ ਖਿਡਾਰੀ ਜਿਹੜਾ ਹੈ ਉਹ ਵੱਖਰਾ। ਗੁਰੂ ਆਖ ਰਹੇ ਨੇ, ਸਰਬ ਭੂਤ ਬ੍ਰਹਿਮੰਡ ਦੀ ਖੇਡ, ਸਾਰੇ ਸੰਸਾਰ ਜੱਗ ਦੀ ਖੇਡ, ਖਿਡਾਉਣ ਵਾਲਾ ਉਹ ਪ੍ਰਭੂ ਸ਼ਕਤੀ ਆਪ ਹੈ। ਅਗਲੇ ਪਾਸੇ ਇੱਕ ਲਫ਼ਜ਼ ਵਰਤੇ ਨੇ, ਉਹ ਕਹਿੰਦੇ ਨੇ ਸਰਬ ਨੈਣ, ਹਰ ਜੀਵ ਨੂੰ ਅੱਖਾਂ ਮਿਲਦੀਆਂ ਨੇ, ਕਿਸੇ ਦੀਆਂ ਛੋਟੀਆਂ ਨੇ, ਕਿਸੇ ਦੀਆਂ ਵੱਡੀਆਂ ਨੇ, ਅੱਖਾਂ ਦੇ ਆਂਡਿਆਂ ਦੇ ਰੰਗ ਵੱਖਰੇ ਵੱਖਰੇ ਨੇ, ਕਿਸੇ ਦਾ ਬਲੂ ਹੈ, ਕਿਸੇ ਦਾ ਬਰਾਊਨ ਹੈ, ਕਿਸੇ ਦਾ ਬਲੈਕ ਹੈ। ਪਰ ਕਿੱਡੀ ਅਜੀਬ ਗੱਲ ਹੈ, ਸਾਰੀਆਂ ਅੱਖਾਂ ਵਿੱਚ ਜੋਤ ਚਾਹੀਦੀ ਹੈ, ਨਹੀਂ ਤੇ ਅੱਖਾਂ ਦਾ ਤਾਂ ਕੋਈ ਫਾਇਦਾ ਹੀ ਨਹੀਂ, ਅੱਖਾਂ ਨਹੀਂ ਦੇਖਦੀਆਂ। ਇਹ ਖਿਆਲ ਕਰਿਓ, ਅੱਖਾਂ ਨਹੀਂ ਦੇਖਦੀਆਂ, ਦੇਖਦੀ ਤਾਂ ਉਹ ਜੋਤ ਹੈ। ਜੇ ਉਹ ਜੋਤ ਨਾ ਹੋਵੇ, ਕਈਆਂ ਦੀਆਂ ਤੁਸੀਂ ਦੇਖੋਗੇ ਜ਼ਿੰਦਗੀ ਵਿੱਚ, ਜੀਵਨ ਵਿੱਚ ਐਸੀ ਦੇਖਣ 'ਚ ਆਇਆ ਕਿ ਅੱਖਾਂ ਬੜੀਆਂ ਖੂਬਸੂਰਤ ਰਹਿਣ, ਉਹਦੇ ਵਿੱਚ ਆਨੇ ਵੀ ਬੜੇ ਖੂਬਸੂਰਤ ਰਹਿਣ, ਪਰ ਵਿੱਚ ਜੋਤ ਕੋਈ ਨਹੀਂ, ਜਦੋਂ ਦੇਖਣ ਯੋਗੀਆਂ ਨਹੀਂ ਹੁੰਦੀਆਂ। ਡਾਕਟਰ ਕੋਲ ਜਾਂਦੇ ਨੇ, ਕਹਿੰਦੇ ਨੇ ਅੱਖਾਂ ਤਾਂ ਬੜੀਆਂ ਠੀਕ ਨੇ, ਪਰ ਕੀ ਕਾਰਨ ਹੈ, ਜੋਤ ਨਹੀਂ। ਕਿਹੜੀ ਅਜੀਬ ਗੱਲ ਹੈ, ਜੋਤ ਦਾ ਰੰਗ ਵੱਖਰਾ ਕੋਈ ਨਹੀਂ, ਜੋਤ ਕਿਸੇ ਨੇ ਦੇਖੀ ਨਹੀਂ, ਜੋਤ ਇੱਕ ਹੈ, ਅੱਖਾਂ ਕਈ ਨੇ। ਗੁਰੂ ਨੇ ਬਾਣੀ ਵਿੱਚ ਆਖਿਆ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ, ਦਿਸਦੇ ਚਾਨਣ ਸਭ ਮੈਂ ਚਾਨਣ ਹੋਏ, ਸਰਬ ਨੈਣ ਆਪ ਵੇਖਣ ਹਾਰਾ। ਪਾਠ ਰੋਜ਼ ਕਰਦੇ, ਕਹਿੰਦੇ ਨੇ ਅੱਖਾਂ ਸਾਰੀਆਂ ਨੇ, ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਆਦਮੀ ਨੇ, ਬਾਕੀ ਜੀਵ ਜੰਤ ਵੱਖਰੇ ਨੇ, ਸਭ ਨੂੰ ਅੱਖਾਂ ਮਿਲੀਆਂ ਹੋਈਆਂ ਨੇ, ਪਰ ਅੱਖਾਂ ਮਿਲੀਆਂ ਵੱਖਰੀਆਂ ਵੱਖਰੀਆਂ ਨੇ, ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਗੁਰੂ ਨੇ ਇਸੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਆਖਿਆ, ਕਹਿਣ ਲੱਗੇ ਸਹਿਸਤ
ਮੇਰੇ ਬਾਰੇ ਤੇਰੀਆਂ ਹਜ਼ਾਰਾਂ ਅੱਖਾਂ ਨੇ, ਕਿਉਂਕਿ ਤੂੰ ਵੀ ਵਰਤ ਰਿਹਾ ਹੈ। ਇਸ ਲਈ ਜਦੋਂ ਕੋਈ ਦੇਖਦਾ ਮੈਂ ਸਮਝਣਾ ਅੱਖਾਂ ਨਹੀਂ ਦੇਖ ਰਹੀਆਂ, ਤੂੰ ਦੇਖ ਰਿਹਾ ਇਹ ਅੱਖਾਂ ਤੂੰ ਹੈ। ਪਰ ਕੋਈ ਮੈਨੂੰ ਆਖੇ ਰੱਬ ਦੀਆਂ ਅੱਖਾਂ ਕਿਹੜੀਆਂ, ਤੇ ਮੈਨੂੰ ਮੁਸ਼ਕਿਲ ਹੋ ਜਾਏਗਾ। ਤੇਰੀ ਆਪਣੀ ਵੱਖਰੀ ਕੋਈ ਅੱਖ ਨਹੀਂ, ਹਜ਼ਾਰਾਂ ਤੇਰੀਆਂ ਅੱਖਾਂ ਨੇ ਪਰ ਤੇਰੀ ਅੱਖ ਕੋਈ ਵੀ ਨਹੀਂ। ਤੂੰ ਦੂਜਿਆਂ ਦੀਆਂ ਅੱਖਾਂ ਲਾ ਕੇ ਉਹਨਾਂ ਵਿੱਚ ਆਪ ਵਰਤ ਰਹੇ, ਕਿੱਡੀ ਅਜੀਬ ਗੱਲ ਹੈ। ਹੁਣ ਅੱਖਾਂ ਚਲੀਆਂ ਜਾਣਗੀਆਂ, ਤੈਨੂੰ ਤਾਂ ਮਤਲਬ ਤੂੰ ਚਲਾ ਗਿਆ। ਲਓ ਖੇਡ ਹੈ, ਉਸ ਖੇਡ ਨੂੰ ਸਮਝਣੇ, ਜਿਸ ਖੇਡ ਦੀ ਸਮਝ ਹੀ ਕੋਈ ਨਾ ਲਵੇ ਉਹਦਾ ਕੀ ਫਾਇਦਾ। ਕਹਿਣ ਲੱਗੇ ਅੱਖਾਂ ਚਲੀਆਂ ਜਾਣਗੀਆਂ ਪਰ ਤੂੰ ਤੇ ਜਾਣਾ ਨਹੀਂ, ਜੋਤ ਹਮੇਸ਼ਾ ਰਹੇਗੀ। ਹਜ਼ਾਰਾਂ ਅੱਖਾਂ ਰੋਜ਼ ਨਵੀਆਂ ਪੈਦਾ ਹੋ ਰਹੀਆਂ ਨੇ, ਹਜ਼ਾਰਾਂ ਹੀ ਅੱਖਾਂ ਰੋਜ਼ ਬੰਦ ਹੋ ਰਹੀਆਂ ਨੇ, ਜਾ ਰਹੀਆਂ ਨੇ। ਕਿੱਡੀ ਅਜੀਬ ਗੱਲ ਹੈ, ਨਾ ਉਹ ਬਿਨਸੈ ਨਾ ਹਮ ਕੜਿਆ, ਰੱਬ ਜਾਂਦਾ ਨਹੀਂ, ਰੱਬ ਵੱਖਰਾ ਆਉਂਦਾ ਨਹੀਂ। ਇਸੇ ਲਈ ਗੁਰੂ ਸਾਹਿਬ ਨੇ ਆਖਿਆ ਮੈਂ ਸਮਝ ਹੀ ਨਹੀਂ ਸਕਿਆ ਤੂੰ ਕਦੋਂ ਗਿਆ ਤੇ ਕਦੋਂ ਆਇਆ। ਆਵਤ ਕਿਵੇਂ ਨਾ ਪੇਖਿਓ ਕਮਨੇ ਜਾਣੇ ਨਹੀਂ ਪਾਏ, ਕਿਸੇ ਨੇ ਆਉਂਦਾ ਨਹੀਂ ਦੇਖਿਆ। ਮੇਰੇ ਕਿੱਥੇ ਸੀ ਜਦੋਂ ਸਰੀਰ ਕੰਪਲੀਟ ਹੋ ਜਾਂਦਾ ਤਾਂ ਜੋਤ ਉਸ ਤੋਂ ਬਾਅਦ ਮਾਤਾ ਦੇ ਗਰਭ ਵਿੱਚ ਆਉਂਦੀ ਹੈ। ਇਹਦਾ ਮਤਲਬ ਅੱਖਾਂ ਤੇ ਪਹਿਲਾਂ ਵੜ ਜਾਂਦੀਆਂ ਨੇ, ਜੋਤ ਬਾਅਦ ਵਿੱਚ ਆਉਂਦੀ। ਉਹ ਜੋਤ ਕੀ ਹੈ? ਇਸੇ ਗੱਲ ਦਾ ਜਵਾਬ ਗੁਰੂ ਅਰਜਨ ਪਾਤਸ਼ਾਹ ਜੀ ਦੇ ਲਫ਼ਜ਼ ਨੇ, ਇਸੇ ਗੱਲ ਦਾ ਜਵਾਬ ਬਾਬਾ ਕਬੀਰ ਸਵਾਲ ਬਾਬਾ ਕਬੀਰ ਜੀ ਦੇ ਉਸ ਰਚਨਾ ਵਿੱਚੋਂ ਹੋਏ। ਕਿਹਦੀ ਅਜੀਬ ਗੱਲ ਹੈ? ਹਰ ਚੀਜ਼ ਵਿੱਚ ਤੂੰ ਆਪ ਵਰਤ ਲੈ। ਕਿਵੇਂ? ਸਰਬ ਨੈਣ ਇੰਨੀਆਂ ਅੱਖਾਂ ਨੇ ਪਰ ਅੱਖਾਂ ਦੇਖ ਨਹੀਂ ਸਕਦੀਆਂ ਜਿੰਨੀ ਦੇਰ ਵਿੱਚ ਜੋਤ ਨਾ ਹੋਵੇ। ਉਹ ਜਿਹੜੀ ਜੋਤ ਹੈ ਤੂੰ ਹੈ, ਇਹਦਾ ਮਤਲਬ ਅੱਖਾਂ ਨਹੀਂ ਵੇਖ ਰਹੀਆਂ ਤੂੰ ਵੇਖ ਰਿਹਾ। ਸਰਬ ਨੈਣ ਆਪ ਪੇਖਣਹਾਰਾ, ਪੇਖਣਹਾਰਾ ਤਾਂ ਤੂੰ ਹੈ ਜਿਹੜਾ ਨੈਣਾਂ ਦੇ ਵਿੱਚ ਬੈਠੇ, ਜਿਹਨੂੰ ਜੋਤ ਆਖਦੇ ਆ। ਜਿਸ ਦਿਨ ਜੋਤ ਚਲੀ ਗਈ ਅੱਖਾਂ ਰਹਿਣਗੀਆਂ ਪਰ ਦੇਖ ਨਹੀਂ ਸਕਣਗੀਆਂ, ਕਿਉਂਕਿ ਦੇਖਣ ਵਾਲਾ ਤੇ ਤੂੰ ਸੈਂ। ਸਰਬ ਨੈਣ ਆਪ ਪੇਖਣਹਾਰਾ। ਅਗਲੀ ਲਾਈਨ ਪੜਿਓ, ਕਿਹਦੀ ਅਜੀਬ ਗੱਲ ਹੈ? ਕਹਿਣ ਲੱਗੇ ਸਗਲ ਸਮੱਗਰੀ ਜਾਕਾ ਤਣਾ, ਤਣਾ ਤੋਂ ਭਾਵ ਤਨ। ਰਾਤ ਵੀ ਇਹੋ ਲਫ਼ਜ਼ ਹਨ, ਕਬੀਰ ਇਹ ਤਨ ਜਾਏਗਾ। ਗੁਰੂ ਕਹਿੰਦੇ ਸਾਰੀ ਸ੍ਰਿਸ਼ਟੀ, ਸਾਰਾ ਬ੍ਰਹਿਮੰਡ, ਸਾਰੀ ਪ੍ਰਕਿਰਤੀ, ਸਾਰੀ ਸਿਰਜਣਾ ਇੱਕ ਤੇਰਾ ਤਨ ਹੈ, ਤੇਰਾ ਸਰੀਰ ਹੈ। ਕਿਹੜੀ ਅਜੀਬ ਗੱਲ, ਸਰੀਰ ਜਾਏਗਾ, ਕਬੀਰ ਇਹ ਤਨ ਜਾਏਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇਸੇ ਗੱਲ ਨੂੰ ਦ੍ਰਿੜ ਕਰਨ ਲਈ ਕਹਿ ਦਿੱਤਾ, ਸਾਧੋ ਇਹ ਤਨ ਮਿਥਿਆ ਜਨ, ਇਹ ਤਨ ਜਾਏਗਾ, ਇਹ ਤਨ ਮਿਥਿਆ ਜਨ। ਪਰ ਕਹਿਣ ਲੱਗੇ ਇੱਕ ਗੱਲ ਦਾ
फर्क जेड़ा है ना वो जरूर संखेप है, गंभीर है, सूक्ष्म है, पर समझन वाला है। वो ये कि तन दे अंदर कुछ होर भी है जेड़ा नहीं जाएगा, जेड़ा ब्रशी साधो ये तन मिथ्या जानो कह लगे या भीतर इनके अंदर या भीतर जो राम बसता है साचो ताई पछाणो ओ नहीं जाएगा। पर केड़ी अजीब गल, मालिक जेड़ा मरदा नहीं उन्हें अपना घर उथे बनाया जेड़ा मरदा है। जेड़ा सवाल रात तो चल पे मेरे दिमाग अंदर भी रब मरदा नहीं वो आवे न जाए न कब मरते ना वो मरे न ठाके जाए रब मरता नहीं। और केडी के लिए अजीब गल है वो अपना शीर आया है नाश नहीं होना मरता नहीं ते घर जेड़ा होंदा है वो टुटदा है मरदा है लो एन सानू ते निरंकार नूं समझन दी इक सुरत दित्ती है, चेतनता दित्ती है। कह लगे उंदी निशानी की है उंदा जवाब अगली तका अंदर सब कै मध अलिप्त रहे। जरूरी नहीं कि चिक्कड़ विच पैदा होने वाला कमल फुल भी चिक्कड़ी हो जाए। जरूरी नहीं कबर फूल चिकड़ पैदा होता घर चिकड़ है, पर चिकड़ पैदा होने वाला कबर फूल चिकड़ दे नहीं ना। कह लगे एक गल समझो, रब संसार है, रब जग विच है, ये जग सचे ही कोठड़ी इन्दे विच निवास करता है, पर उन्नू मानिया जा सकता है, उन्नू संसार नहीं बनाया जा सकता। इसे गल दा बड़े व्यंग नाल समझाने की कोशिश करने लई गुरु ने एक एग्जाम्पल दिती। कहन लगे भरिया एक ख्याल कर, तो ये कि रब किवें पोप मद जीव वास बसता है जिम्मे फूल विच वाशना है दिसदी नहीं, मानी जा सकती है, पछाणी भी जा सकती है, पर पछाण का वो है जिंदी सूक्ष्म बिरति हो गई। अगले पासे मुकरमा है जैसे छाई, जिमें किसी शीशे विच अपनी छाया होंगी है, पर वो छाया उन्नी देर ही होंगी है ना जिनी देर तुसी हो। छाया शीशा फड़ के तो नहीं मैं रख सकता। कह लगे तैसे ही हर बस है निरंतर, रब इसे तरह संसार अंदर रहता है। सर्व भूत आप वर्तारा, सर्व नयन आप देखनहारा, सगल समग्री जिन्नी सृष्टि ब्रह्मंड दी किरत सिरजना है वो सरी उसे दा तन है, शरीर है, सगल समग्री जाका तना उनका तन है, उनका शरीर है। जिवें शरीर विच्चों केवल प्रगटावा है, शरीर जीव नहीं, शरीर जीव नहीं। रातवी लफज आए सन के जीव पाए पिंड जिन साजिया, जीव ता उस पिंड विच पाया गया है, जीव पाए तन साजिया, रखिया बणत बनाए, अखी देखे जेवा बोले, कन्नी सूरत समाए, पैरी चले हथी करना। इस शब्द के अंदर गुरु अर्जन पातशाह जी ने भी अगली लाइना में यह गल आख दी। कह लगे सगल समग्री ज
कंफ्यूज हो जाते थे कुछ लोग लफ्ज की है अपन जस आप ही सुना रब अपनी सिफतां आप सुन लिया है रब की खुशामद चाहता है दुनिया आखदा मेरी सिफतां करो पर इन दिवस एक व्यंग है कि कन्ना में जेड़ी शक्ति है सुनन दी कान ते सुन नहीं सकते अंदर बैठी ज्योति सुन दी है मैं एक बार उसकी फिर उस पास आया कि जब अंदर जीव ज्योत चली जाती है वो तो कान ते नाल ही रहते हैं वो तो कुछ सुन सकते हैं इनका मतलब सुनन शक्ति भी एक ज्योत है ज्योति तो परमात्मा है कह लगे कन्ना में जेड़ी सुनन शक्ति सी ओ भी तेरी जोत सी कन ते सुन नहीं सन रहे ते मुंह में जेड़ी बोलन शक्ति कहन शक्ति है ओ भी तेरी जोत है जिस दिन जोत अंदर चली जाए मुंह बोल ही नहीं सकता सतगुरु ने बड़ी बच आख्या ना कहने लगे बाबा बोलते थे कहां गए जेड़े बोलते सन अंदर कितने गए बाबा बोलते थे कहां गए देही के संग रहते जेड़े देही दे नाल रहते सन इन तो देही नहीं सन ये सोच सदगुरु ने एग्जांपल दी कि बाबा बोलते थे कहां गए देही के संग रहते जिड़े देही के नाल रहते सन संग रहते इनका मतलब देही नहीं सन क्योंकि देही तो बिन सना रहा है ये साधो ये तन दिखाया जानो ये तन जाएगा सको तले ओ बहुत बाबा कबीर की दिखाया इन दफ्तर तन नु रब नहीं मनिया जा सकता हां तन दे विच ज्योत शक्ति जिड़ी है वो रब दी और शक्ति बढ़ के अंदर बरत रहे बाबा बोलते थे कहां गए देही के संग रहते सुरत माए जो मिरते करते कथा वार्ता कहते बजावन हारो कहां गए हो स्वागत है यार जा तो जाए जानना चाहिए था कहां ते आवे है उपजे कहां जाए समावे सवाल नहीं जिंदगी दे जीवन दे साडे रोजाना जिंदगी विच ए सवाल कट रहे ने प्रैक्टिकल जिसे देख रहे हैं पर समझ नहीं रहे बाबा कबीर जी ने रात दे दो श्लोकां विच सवाल खड़ा किया ते गुरु अर्जन पातशाह जी ने आज सुखमणि साहब राय उस सवाल दा जवाब दिता कहन लगे सकल समग्री जानकारी मुंह विच ज्योत रूप होके कुछ बोल रहे हैं ते कन्ना विच ज्योत रूप होके कुछ सुन रहे हैं मुंह राही जे कोई उसका जस करता है ते ओ दी ज्योत दी शक्ति कारण ही करता है जे कान उस दा जस सुनदे ने ता ओ भी ओ दी शक्ति करके ही सुनदे ने कहंदे ने अपन जस जा रहे हैं ये संसार की कहानी है ते संसार एक तन है फिर दोहरा दिया संसार एक तन है ज्योत नहीं तन कबीर ये तन जाएगा जिड़ा जाएगा वो ही आएगा ना जे कोई आएगा तो वो ही जाएगा ना इसलिए आवन जान जेड़ा है वो एक खेड विच शामिल होना बहुत जरूरी सी रब ने प्रभु ने आवन जान एक खेड विच बना लिया और सानू की लोड़ है
ਸਮਝਣ ਦੀ, ਉਹ ਸਾਨੂੰ ਪਤਾ ਲੱਗ ਜਾਏ ਕਿ ਆਖ ਜਾ ਕੌਣ ਰਿਹਾ। ਅਜੇ ਤਾਂ ਅਸੀਂ ਇਹ ਨਹੀਂ ਸਮਝ ਸਕੇ, ਗੁਰੂ ਨੇ ਆਖਿਆ ਆਵਤ ਕੋ ਜਾਤਾ ਕਹੇ ਜਾਤੇ ਕੋ ਹੈ। ਅਜੇ ਤਾਂ ਸਾਨੂੰ ਆਉਣ ਜਾਣ ਵਾਲਿਆਂ ਦਾ ਪਤਾ ਨਹੀਂ ਲੱਗਾ। ਗੁਰੂ ਕਹਿੰਦੇ ਨੇ ਆਵਣ ਜਾਣ ਇੱਕ ਖੇਲ ਬਣਾਇਆ, ਹਾਂ ਇਸ ਖੇਲ ਨੂੰ ਰਚਣ ਲਈ ਜਿਹੜੀ ਮੁੱਢਲੀ ਬੇਸਿਕ ਚੀਜ਼ ਸੀ ਉਹ ਹੈ ਸੀ ਮਾਇਆ ਭਰਮ। ਭਰਮ ਹੀ ਤੇ ਸਾਨੂੰ ਲਈ ਬੈਠਾ ਹੈ, ਅਸੀਂ ਹਾਂ ਕੁਝ ਤੇ ਅਸੀਂ ਰੱਬ ਦੀ ਹੋਂਦ ਨੂੰ ਵੀ ਕਬੂਲਣ ਤੋਂ ਮੁਨਕਰ ਹੋ ਜਾਂਦੇ ਹਾਂ, ਇਹ ਹੈ ਮਾਇਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਇਹ ਮਾਇਆ ਜਿਤ ਹਰ ਵਿਸਰੈ ਤਾਂ ਭੁੱਲ ਜਾਏ, ਮੋਹ ਉਪਜੈ ਭਾਵੋ ਦੂਜਾ ਲਾਇਆ ਅਸੀਂ ਰੋਜ਼ਾਨਾ ਪੜ ਰਹੇ। ਸਤਿਗੁਰੂ ਕਹਿੰਦੇ ਨੇ ਇਸ ਲਈ ਉਸ ਨਿਰੰਕਾਰ ਨੇ ਖੇਲ ਬਣਾਉਣ ਲਈ ਉਸ ਮਾਇਆ ਦੀ ਵਰਤੋਂ ਕੀਤੀ ਤਾਂ ਕਿ ਮਨੁੱਖ ਇਸ ਸੰਸਾਰ ਦੀ ਸੁੰਦਰਤਾ ਖੂਬਸੂਰਤੀ ਨਾਲ ਇਸਨੂੰ ਦੇਖਦਾ ਰਹੇ। ਖੇਲ ਨੂੰ, ਖੇਲ ਕਦੀ ਸੱਚ ਨਹੀਂ ਹੁੰਦਾ, ਪਰ ਵਿਸ਼ਵਾਸ ਕਰਿਓ ਉਹਦੇ ਵਿੱਚ ਜੇ ਖਿਡਾਰੀ ਖੂਬਸੂਰਤੀ ਨਾ ਭਰੇ, ਉਹਦੇ ਵਿੱਚ ਰੌਚਕਤਾ ਨਾ ਭਰੇ, ਉਹਦੇ ਵਿੱਚ ਰੰਜਕਤਾ ਨਾ ਭਰੇ, ਕੌਣ ਵੇਖੇ ਉਸ ਖੇਲ ਨੂੰ, ਮਨ ਕਿਵੇਂ ਲੱਗੇ। ਇਹ ਸੰਸਾਰ ਦੀ ਕਹਾਣੀ ਵੀ ਉਸ ਖਿਡਾਰੀ ਨੇ ਇਹਦੇ ਵਿੱਚ ਕੁਛ ਰੌਚਕਤਾ ਭਰੀ ਹੈ, ਤਾਂ ਵੀ ਤੇ ਮਨੁੱਖ ਸੰਸਾਰ ਦੇਖਣਾ ਚਾਹੁੰਦਾ, ਇਹਨੂੰ ਛੱਡਣਾ ਨਹੀਂ ਚਾਹੁੰਦਾ। ਮਾਇਆ ਦੀ ਨਿਸ਼ਾਨੀ ਭਰਮ ਹੈ, ਖੇਡ ਇੱਕ ਭਰਮ ਹੈ, ਖਿਡਾਰੀ ਭਰਮ ਨੇ, ਖੇਡ ਇੱਕ ਭਰਮ ਹੈ। ਕਹਿਣ ਲੱਗੇ ਖਿਡਾਰੀ ਕੀ ਹੈ, ਉਹ ਹੈ ਸਭ ਕੇ ਮੱਧ ਅਲਿਪਤ ਉਹ ਸੰਸਾਰ ਵਿੱਚ ਰਹਿੰਦਾ ਪਰ ਸੰਸਾਰ ਦੇ ਉਸ ਆਵਣ ਜਾਣ ਦੇ ਖੇਲ ਤੋਂ ਵੱਖਰਾ, ਉਹ ਆਉਂਦਾ ਜਾਂਦਾ ਨਹੀਂ। ਖੇਡ ਉਹਦੇ ਆਪਣੇ ਹੁਕਮ ਵਿੱਚ ਚੱਲ ਰਹੀ ਹੈ, ਆਗਿਆ ਆਵੇ ਆਗਿਆ ਜਾਏ, ਹਰ ਕੋਈ ਖੇਡ ਵਿੱਚ ਦਾ ਪਾਤਰ ਜਿਹੜਾ ਹੈ ਆਉਂਦਾ ਹੈ ਤੇ ਜਾਂਦਾ ਹੈ ਉਹਦੇ ਹੁਕਮ ਵਿੱਚ। ਪਰ ਨਾਲ ਹੀ ਕਹਿਣ ਲੱਗੇ ਉਹ ਹੁਕਮ ਕਿਸੇ ਕੋਲੋਂ ਪੁੱਛ ਕੇ ਨਹੀਂ ਕਰਦਾ, ਸਭ ਕੇ ਮੱਧ ਅਲਿਪ ਤੋ ਰਹੇ। ਅਗਲੀ ਲਾਈਨ ਪੜ੍ਹੋ, ਜੋ ਕੁਛ ਕਹਿਣਾ ਜੋ ਉਹਨੇ ਹੁਕਮ ਕਰਨਾ ਹੈ ਉਹ ਕਿਸੇ ਕੋਲੋਂ ਨਹੀਂ ਪੁੱਛਦਾ, ਜੋ ਕੁਛ ਕਹਿਣਾ ਸੋ ਆਪੇ ਕਹੇ। ਆਪ ਹੀ ਕਹਿੰਦਾ ਉਹ ਕਿਸੇ ਦੇ ਹੁਕਮ ਵਿੱਚ ਨੇ, ਉਹ ਕਿਸੇ ਦੀ ਮਰਜ਼ੀ ਨਾਲ ਸੰਸਾਰ ਬਣਾਉਂਦਾ ਨਹੀਂ, ਕਿਸੇ ਦੀ ਮਰਜ਼ੀ ਨਾਲ ਕਿਸੇ ਨੂੰ ਭੇਜਦਾ ਨਹੀਂ, ਕਿਸੇ ਦੀ ਮਰਜ਼ੀ ਨਾਲ ਕਿਸੇ ਨੂੰ ਬੁਲਾਉਂਦਾ ਨਹੀਂ। ਕਈ ਵਾਰ ਕਰਦਾ ਜੇ ਕਿਸੇ ਦੀ ਮਰਜ਼ੀ ਚੱਲਦੀ ਹੋਵੇ ਤਾਂ ਦੁਨੀਆਂ ਅੰਦਰ ਹਰ ਕੋਈ ਪੜ੍ਹਿਆ ਲਿਖਿਆ, ਹਰ ਕੋਈ ਦੌਲਤਵੰਦ, ਹਰ ਕੋਈ ਧਨੀ ਹੋਵੇ, ਸੰਸਾਰ ਦਾ ਸਾਰਾ ਜ਼ੋਰ ਲੱਗਾ ਹੋਇਆ ਪਰ ਆ ਸੰਸਾਰ ਤੋਂ ਗਰੀਬੀ ਖਤਮ ਹੋ ਜਾਏ ਹੋਰ ਨਹੀਂ ਗਈ। ਗੁਰੂ ਕਹਿੰਦੇ ਨੇ ਇਸੇ ਲਈ ਇੱਕ ਗੱਲ ਸਮਝ ਲੈ ਕਿ ਜੋ ਕੁਝ ਹੋ ਰਿਹਾ ਹੈ ਉਹ ਉਹਦੇ ਹੁਕਮ ਵਿੱਚ ਹੋ ਰਿਹਾ ਹੈ। ਸਤਿਗੁਰੂ ਨੇ ਸ੍ਰੀ ਜਪਜੀ ਸਾਹਿਬ ਵਿੱਚ ਹੀ ਅੰਦਰ ਕਹਿ ਦਿੱਤਾ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਇਸ ਲਈ ਚੰਗੀ ਗੱਲ ਇਹ ਹੈ ਕਿ ਅਸੀਂ ਇੱਕ ਗੱਲ ਸਮਝ ਲਈਏ ਕਿ ਇਹ ਸੰਸਾਰ ਇੱਕ ਖੇਡ ਹੈ ਅਤੇ ਖੇਡ ਬਿਨਸਣੀ ਖਤਮ ਹੋਣੀ ਹੈ, ਕੋਈ 2 ਘੰਟੇ ਦੀ ਹੈ, ਕੋਈ 4 ਘੰਟੇ ਦੀ ਹੈ, ਕੋਈ 10 ਘੰਟੇ ਦੀ ਹੈ, ਕੋਈ 10 ਯੁਗਾਂ ਦੀ ਹੈ, ਖੇਡ ਖਤਮ ਹੋਣੀ ਹੈ, ਖਿਡਾਰੀ ਖਤਮ ਨਹੀਂ ਹੋਣਾ, ਉਹਦੀ ਸ਼ਕਤੀ ਵੱਖਰੀ ਹੈ। ਗੁਰੂ ਕਹਿੰਦੇ ਖੇਲ ਬਣਾਇਆ, ਖੇਲ ਸਭ ਕੇ ਮਾਤਾ।
विश्वास आ जाए खेड विच हर खेड पात्र जेड़ा है वो अपना पार्ट करके स्टेज तो उतर जाएगा, खेड भी खत्म होएगी पर खिलाड़ी खत्म नहीं होएगा। इसलिए वो अलिप्त रहे, वक्रा बैठा है, रहंदा होया विच टवल फुल दी तरह चिकड़ नहीं बनेगा, मौत नहीं बनेगा, मृत मंडल विच रह रहा है। ये जग मृत मंडल जग साजिया ते नाल ही इस मृत मंडल जग दे बारे ये कह दिता है जग सच्चे की है कोठड़ी की, पर ओ सच्चा जेड़ा है ओ इस संसार की मिथ्या संसार की प्रभाव तो मुक्त है। इन्हें शब्दों नाल खिमा दा जा चुका हाँ। फतेह बुलाओ वाहिगुरु जी का खालसा, वाहिगुरु जी।